ਤੇ ਮੈਂ ਹੁਣ ਵੀ ਆ ਬੇਨਤੀ, ਕੱਲ ਵੀ ਸਿੰਘਾਂ ਨਾਲ ਮੇਰੀ ਵਿਚਾਰ ਚੱਲਦੀ ਸੀ, ਮੈਂ ਕੱਲ ਵੀ ਅਰਜ਼ ਕੀਤੀ ਸੀ। ਮੈਨੂੰ ਕਹਿੰਦੇ ਜਿਹੜੇ ਹੁਣ ਵੇਖੋ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਕਿੰਨੇ ਪਿੰਡਾਂ ਸ਼ਹਿਰਾਂ ਚ ਹੋ ਰਹੀ, ਕਿਤੇ ਖੂਹ ਚ ਸੁੱਟ ਦਿੱਤਾ, ਕਿਤੇ ਅੱਗ ਲੱਗ ਗਈ। ਕੱਲ ਫਿਰ ਯੂਪੀ ਵਿੱਚ ਬੇਅਦਬੀ ਹੋਈ, ਸਾਡੇ ਵੀ ਸਿੰਘ ਗਏ, ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਬਾਬਾ ਜੀ ਕੱਲ ਵੀ ਬੇਅਦਬੀ ਹੋਈ ਇੱਕ ਜਗ੍ਹਾ ਤੇ। ਹੁਣ ਡਿਸਕਸ਼ਨ ਇਹਦੇ ਬਾਰੇ ਹੁੰਦੀ ਰਹਿੰਦੀ ਇੱਥੇ ਚੈਨਲਾਂ ਤੇ, ਆਪਾਂ ਵੇਖਦੇ ਰਹਿੰਦੇ ਹਾਂ। ਪੰਥ ਦਰਦੀ ਜਿਨ੍ਹਾਂ ਦੇ ਹਿਰਦੇ ਆ ਬਲੂੰਡਰੇ ਜਾਂਦੇ, ਉਹ ਘਰਾਂ ਚ ਬਹਿ ਬਹਿ ਕੇ ਰੋਂਦੇ ਆ, ਉਹਨਾਂ ਦਾ ਰੋਟੀ ਖਾਣ ਨੂੰ ਦਿਲ ਨੀ ਕਰ ਰਹੇ, ਏਦਾਂ ਦੀ ਗੱਲ ਸੁਣ ਲੈਂਦੇ ਤੇ ਕਰ ਪੁੱਜ ਸਕਦੇ ਨੇ। ਇਹਦੇ ਚ ਵੀ ਝੂਠ ਕੋਈ ਨੀ, ਘਰ ਨੀ ਕੋਈ ਪੁੱਜ ਸਕਦਾ, ਭਾਵੇਂ ਜੋ ਮਰਜ਼ੀ ਉਹ ਇੱਥੋਂ ਵਿਚਾਰੇ ਰੌਲਾ ਰੱਪਾ ਪਾ ਕੇ ਬਹਿ ਜਾਣਾ ਹੁੰਦਾ, ਨਾ ਕੋਈ ਇੰਡੀਆ ਚੱਲਾ ਤੇ ਨਾ ਇੰਨੇ ਗੁਰਦੁਆਰੇ ਦੇ ਪਹਿਰੇਦਾਰੀ ਹੋ ਸਕਦੀ। ਤੇ ਮੈਨੂੰ ਇੱਕ ਸਿੰਘ ਕੱਲ ਵਿਚਾਰ ਚੱਲਦੀ ਸੀ, ਕਹਿੰਦੇ ਆਪਾਂ ਪਹਿਰੇਦਾਰ ਰਖਾਓ ਬਾਬਾ ਜੀ, ਕਰੀਏ ਕੁਛ ਆਪਾਂ, ਵੀ ਤੁਸੀਂ ਇੰਡੀਆ ਚ ਰਹਿੰਦੇ ਹੋ ਤੇ ਆਪਾਂ ਰਲ ਮਿਲ ਕੇ ਕੋਈ ਏਦਾਂ ਕਰੀਏ ਵੀ ਹਰੇਕ ਥਾਂ ਵੀ ਪਹਿਰੇਦਾਰ ਹੋਣ। ਪਿੰਡ ਇੰਨੇ ਨੇ, ਇੱਕ ਇੱਕ ਜ਼ਿਲ੍ਹੇ ਚ ਕਿੰਨੇ ਹਜ਼ਾਰਾਂ ਦੇ ਹਿਸਾਬ ਨਾਲ ਪਿੰਡ, ਪੰਜਾਬ ਦੇ ਕੁੱਲ ਪਿੰਡਾਂ ਦੀ ਗਿਣਤੀ ਕਾਫੀ ਹਜ਼ਾਰਾਂ ਦੀ ਗਿਣਤੀ ਚ, ਤੇ ਇੱਕ ਇੱਕ ਪਿੰਡ ਚ ਚਾਰ ਚਾਰ ਗੁਰਦੁਆਰੇ ਨੇ, ਇੰਨੇ ਬੋਡੀ ਗਾਰਡ, ਇੰਨੇ ਇੰਨੀ ਸਕਿਉਰਿਟੀ, ਇੰਨੇ ਪਹਿਰੇਦਾਰ ਲਾਣੇ, ਬਹੁਤ ਵੱਡੀ ਗੱਲ। ਤੇ ਕਿਸੇ ਆਪਾਂ ਪਹਿਰੇਦਾਰ ਲਾ ਦਿਆਂਗੇ, ਅਗਲੇ ਨੇ ਕੋਈ ਗੱਲ ਕਹਿਤੀ, ਵੇਖੋ ਜੀ ਮੁੰਡੇ ਇੱਥੇ ਸਾਡੀਆਂ ਧੀਆਂ ਭੈਣਾਂ ਵੱਲ ਵੇਖਦੇ ਨੇ, ਬੜਾ ਰੌਲੇ ਰੱਪੇ ਵਾਲੀ ਗੱਲ, ਕੋਈ ਪਿੰਡ ਇਹ ਬਰਦਾਸ਼ਤ ਨਹੀਂ ਕਰਦਾ। ਕਹਿੰਦੇ ਕਰੀਏ ਕੀ। ਮੈਂ ਕੱਲ ਸਿੰਘਾਂ ਨੂੰ ਬੇਨਤੀ ਕੀਤੀ ਸੀ, ਮੈਂ ਕਿਹਾ ਜਥੇਦਾਰ ਹੋਣੀ ਇੱਥੇ ਆਏ ਆ ਅਕਾਲ ਤਖਤ ਸਾਹਿਬ ਦੇ, ਮੈਂ ਹੁਣ ਵੀ ਲਾਈਵ ਟੈਲੀਕਾਸਟ ਹੋ ਰਿਹਾ, ਮੈਂ ਬੇਨਤੀ ਕਰਾਂਗਾ ਜਿੰਨੇ ਤੁਸੀਂ ਬੈਠੇ ਹੋ, ਗੁਰਦੁਆਰਿਆਂ ਦੀਆਂ ਕਮੇਟੀਆਂ ਵੀ, ਸੰਗਤ ਵੀ, ਤੇ ਜੇ ਯੂਰਪ ਵਿੱਚ ਮੈਨੂੰ ਸੁਣਦੇ ਨੇ ਸਾਰੇ ਸੱਜਣ, ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਜਥੇਦਾਰ ਜੀ ਦੇ ਅਕਾਲ ਤਖਤ ਸਾਹਿਬ ਇੰਨੀਆਂ ਕੁ ਚਿੱਠੀਆਂ ਭੇਜ ਦਿਓ ਵੀ ਉਹਨਾਂ ਨੂੰ ਹੁਕਮਨਾਮਾ ਜਾਰੀ ਕਰਨਾ ਪਵੇ। ਇਹ ਕੀ ਹੁਕਮਨਾਮਾ ਇਹ ਜਾਰੀ ਕੀਤਾ ਜਾਏ ਵੀ ਜਿਸ ਵੀ ਸ਼ਹਿਰ ਵਿੱਚ, ਜਿਸ ਵੀ ਪਿੰਡ ਵਿੱਚ, ਜਿਸ ਡੇਰੇ ਚ, ਜਿਸ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਜੇ ਉਸ ਪਿੰਡ ਵਿੱਚ ਬੇਅਦਬੀ ਹੋ ਗਈ ਤੇ ਉਸ ਪਿੰਡ ਦੀ ਉਹਦੀ ਜ਼ਿੰਮੇਵਾਰੀ ਪਿੰਡ ਦੀ ਪੰਚਾਇਤ ਦੀ ਤੇ ਗੁਰਦੁਆਰੇ ਦੀ ਕਮੇਟੀ ਦੀ ਹੋਏਗੀ। ਅਸੀਂ ਕਮੇਟੀ ਨੂੰ ਸੱਦ ਕੇ ਪੁੱਛਣਾ ਵੀ ਬੇਅਦਬੀ ਕਿਉਂ ਹੋਈ, ਭਾਵੇਂ ਕਮੇਟੀ ਵਾਲਿਆਂ ਨੂੰ ਪਹਿਰਾ ਲਾਉਣਾ ਪਵੇ, ਭਾਵੇਂ ਪਿੰਡ ਦੇ ਬੰਦੇ ਲਾਣੇ ਪੈਣ, ਤੇ ਭਾਵੇਂ ਆਪ ਬੰਦੇ ਤਨਖਾਹ ਤੇ ਰੱਖ ਕੇ ਗੁਰਦੁਆਰਿਆਂ ਦੀ ਕਮੇਟੀ ਨੂੰ, ਤੇ ਹਰੇਕ ਇਹ ਹੁਕਮਨਾਮਾ ਜਾਰੀ ਹੋਵੇ, ਉਦੋਂ ਬਾਅਦ ਫਿਰ ਹਰੇਕ ਗੁਰਦੁਆਰੇ ਚ ਐਸ ਜੀ ਪੀ ਸੀ ਦੇ ਮੈਂਬਰ ਜਿਹੜੇ ਨੇ ਇੱਕ ਵਾਰੀ ਗੇੜਾ ਲਾ ਕੇ ਵੇਖਣ ਵੀ ਰਾਤ ਨੂੰ 15 ਬੰਦੇ 10 ਬੰਦੇ ਬੈਠੇ ਆ। ਤੁਸੀਂ ਸਾਰੇ ਪਿੰਡਾਂ ਦੇ ਸਿਆਣੇ ਸੱਜਣ ਹੋ, ਤੁਹਾਨੂੰ ਪਤਾ ਪਿੰਡਾਂ ਚ ਪਹਿਰੇ ਲੱਗਦੇ ਨੇ, ਪਿੰਡਾਂ ਦੇ ਵਿੱਚ ਵੀ ਮੱਝਾਂ ਨਾਲ ਚੋਰੀ ਕਰਕੇ ਲੈ ਜਾਣਾ, ਰਾਤ ਇੱਕੋ ਹੀ ਹੈ ਨਾ, ਪਿੰਡ ਨੂੰ ਜੇ ਦੋ ਰਾਹ ਆਉਂਦੇ ਆ ਤੇ ਦੋਹਾਂ ਰਾਹਾਂ ਉੱਤੇ 10-10 ਬੰਦੇ ਖਲੋਤੇ ਹੁੰਦੇ, ਪਿੰਡਾਂ ਚ ਵਾਰੀ ਵਾਰੀ ਸਿਰ ਲੋਕ ਸਾਰੀ ਸਾਰੀ ਰਾਤ ਪਹਿਰਾ ਦਿੰਦੇ ਆ। ਅਸੀਂ ਪਿੰਡਾਂ ਦੇ ਵਿੱਚੋਂ ਗੱਡੀਆਂ ਲੈ ਕੇ ਜਾਂਦੇ ਹਾਂ, ਸਾਡੀਆਂ ਗੱਡੀਆਂ ਹਰੇਕ ਪਿੰਡ ਚ ਰੋਕਦੇ ਆ, ਦੱਸੋ ਜੀ ਕੌਣ ਹੋ, ਫਿਰ ਅਗਲੇ ਪਾਸੇ ਅਗਲੇ ਪਿੰਡ ਫੇਰ ਪੁੱਛਣਗੇ। ਜੇ ਪਿੰਡ ਦੀ ਰਾਖੀ ਕੀਤੀ ਜਾ ਸਕਦੀ ਹੈ ਤੇ ਪਿੰਡ ਦੇ ਬੰਦੇ ਗੁਰਦੁਆਰੇ ਦੀ ਰਾਖੀ ਕਰਨ, ਇਹ ਕਿਹਾ ਜਾਏ ਵੀ ਜੇ ਕਿਸੇ ਪਿੰਡ ਚ ਬੇਅਦਬੀ ਹੋ ਗਈ ਤੇ ਜ਼ਿੰਮੇਵਾਰੀ ਪਿੰਡ ਦੀ ਪੰਚਾਇਤ ਦੀ ਹੋਏ, ਜ਼ਿੰਮੇਵਾਰੀ ਗੁਰਦੁਆਰੇ ਦੀ ਕਮੇਟੀ ਦੀ ਹੋਏਗੀ। ਜੇ ਸਹਿਜਲੀ ਸਟਰੀਟ ਇੱਥੇ ਦੇ ਪ੍ਰਬੰਧਕ ਨੇ, ਜੇ ਕੋਈ ਗੱਲ ਹੁੰਦੀ ਹੈ ਤੇ ਇੱਥੋਂ ਦੀ ਜ਼ਿੰਮੇਵਾਰੀ ਕਮੇਟੀ ਦੀ ਹੈ। ਇਹੀ ਸਾਰੇ ਕਿਤੇ ਹੁਕਮਨਾਮਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਇੱਕ ਵਾਰੀ ਹੁਕਮਨਾਮਾ ਜਾਰੀ ਕਰ ਦੇਣ, ਉਦੋਂ ਬਾਅਦ ਫਿਰ ਐਸ ਜੀ ਪੀ ਸੀ ਦੇ ਜਿੰਨੇ ਮੈਂਬਰ ਨੇ ਉਹ ਹਰੇਕ ਥਾਂ ਤੇ ਚੈੱਕ ਗੇੜਾ ਮਾਰ ਕੇ ਆਉਣ, ਤੇ ਜਿੱਥੇ ਇਹ ਵੀ ਕਹਿ ਦੇਣ ਵੀ ਜਿਹੜਾ ਸੰਭਾਲ ਨਹੀਂ ਕਰ ਸਕਦਾ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਕਾਲ ਤਖਤ ਸਾਹਿਬ ਤੇ ਛੱਡ ਜਾ। ਬੋਲੇ ਸੋ ਨਿਹਾਲ ਨਹੀਂ ਕਰ ਸਕਦਾ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਪਸ ਅਕਾਲ ਤਖ਼ਤ ਸਾਹਿਬ ਤੇ ਛੱਡ ਜਾਓ। ਵੇਖੋ ਅਸੀਂ ਆਪਾਂ ਜੋ ਮਰਜ਼ੀ ਕਰੀ ਜਾਈਏ, ਅਸੀਂ ਭਾਵੇਂ ਕਹੀਏ ਨੂੰ ਜੋ ਮਰਜ਼ੀ ਕਹੀਏ, ਉੱਥੇ ਏਦਾਂ ਬੇਅਦਬੀ ਨਹੀਂ ਰੋਕੀ ਜਾ ਸਕਦੀ। ਤੇ ਮੈਂ ਇੱਕ ਗੱਲ ਤੁਹਾਨੂੰ ਦੁੱਖ ਨਾਲ ਕਹਿੰਦਾ, ਇਹ ਦੁੱਖ ਨਾਲ ਕਹਿਣੀ ਪੈਂਦੀ ਗੱਲ, ਕਈ ਬੰਦੇ ਤੇ ਸਾਡੇ ਏਦਾਂ ਦੇ ਜਿਹੜੇ ਕਹਿੰਦੇ ਕੁਝ ਨਾ ਕੁਝ ਹੁੰਦਾ ਰਹੇ, ਅਸੀਂ ਇਹਦੇ ਸਿਰ ਤੇ ਰੋਟੀਆਂ ਖਾਣੀਆਂ ਨੇ, ਇਹ ਵੀ ਸੱਚਾਈ ਹੈ। ਮੈਂ ਮਰਦੀ ਹਜ਼ੂਰੀ ਚ ਸੱਚ ਬੋਲਦਾ, ਇਹ ਤੁਸੀਂ ਤਜਰਬਾ ਕਰਕੇ ਵੇਖ ਲਿਓ, ਕਈ ਬੰਦੇ ਰੋਟੀਆਂ ਹੀ ਇਹਨਾਂ ਗੱਲਾਂ ਦੇ ਸਿਰ ਤੇ ਖਾਂਦੇ ਆ, ਜਿਵੇਂ ਸ਼ਹੀਦਾਂ ਦੀਆਂ ਮੜੀਆਂ ਤੇ ਰੋਟੀਆਂ ਸੇਕਦੇ ਨੇ ਨਾ ਕਈ ਬੰਦੇ, ਉਵੇਂ ਕਈ ਵੇਖੇ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਏਗੀ, ਉਹਨਾਂ ਨੂੰ ਇਹ ਮੌਕਾ ਮਿਲ ਜਾਂਦਾ ਹੈ, ਬਸ ਉਹ ਚਾਹੁੰਦੇ ਹੀ ਰਹਿੰਦੇ ਆ ਵੀ ਕੁਝ ਨਾ ਕੁਝ ਕਿਤੇ ਨਾ ਕਿਤੇ ਹੋਵੇ, ਅਸੀਂ ਰੌਲਾ ਪਾਉਂਦੇ ਰਹੀਏ। ਮੈਂ ਅਰਜ਼ ਇਹ ਕਰਾਂਗਾ ਵੀ ਸਾਰੇ ਪ੍ਰਬੰਧਕ ਕਮੇਟੀਆਂ ਨੂੰ, ਟੀਵੀ ਚੈਨਲਾਂ ਦੇ ਮਾਧਿਅਮ ਨਾਲ ਜਥੇਦਾਰ ਹੋਣੀ ਇੱਥੇ ਆਏ ਆ, ਉਹ ਇੱਕ ਹੁਕਮਨਾਮਾ ਜਾਰੀ ਕਰ ਦੇਣ। ਵੇਖੋ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਹੋਇਆ, ਜੇ ਮੈਂ ਕਹਾਂ ਨਾ ਵੀ ਪੈਲਸਾਂ ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾ ਜਾਣ, ਮੇਰੀ ਨੀ ਕਿਸੇ ਨੇ ਮੰਨਣੀ। ਪਰ ਜਦੋਂ ਅਕਾਲ ਤਖ਼ਤ ਤੋਂ ਹੁਕਮਨਾਮਾ ਭਾਈ ਰਣਜੀਤ ਸਿੰਘ ਸਾਹਿਬ ਹੋਣਾ ਨੇ ਜਾਰੀ ਕੀਤਾ ਸੀ, ਕਿਸੇ ਪੈਲਸ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਜਾਣਗੇ, ਉਦੋਂ ਬਾਅਦ ਨਹੀਂ ਗਏ।
इंडिया विच मैं वेख्या इंडिया किसी पैलेस विच गुरु ग्रंथ साहब का सरूप नहीं जाता। अकाल तख्त तो लोग डरते ने भावे उत्तो भावे अंदरों भावे दिखावे मात्री उत्तो ही डरन पर डरते जरूर है। जदों पिंड की पंचायत को पता होगा भी सानू बुलाणगे उत्थे सानू शर्म आएगी असी पिंड के बंदे ने चार ने पहरा लाना है जरूर पहरे लग जाएंगे। इको एक तरीका होर कोई तरीका आप जो मर्जी कही जाइए इदा कर लांगे आ कर लांगे इह डिस्कशन तो बिना होर इहदे चो कुछ नहीं आप कर सकते। अकाल तख्त साहब के जथेदार एक करी हुक्मनामा जारी कर दे इहदे विच कोई फर्क नहीं पैण लगा उन्होंने जोर आप सारिया ने पाना। मैं सोचा मैं इंडिया च जावांगा हरेक स्टेट से मैं हरेक पिंड च हरेक थान से बेनती करनी है भी जथेदार होनी जोर ला के इन्हों दो चार महीनों से हुक्मनामा जरूर जारी कर। हुण भी इत्थे आए हुए ने हुण भी सारे रल के उन्होंने बेनती करो जथेदार जी हुक्मनामा जारी कर दो। कई औखे होणगे भी असीं पहरे लांदे नहीं पर लाने पैणगे इह हुण बड़ा जरूरी खेड बन गई मजाक बन गया हासो ही नहीं गल। असीं जिन्हां दे सिर ते रोटी खाने आ जिन्हां दे साडे ते इन्नी वड्डी बख्शिश है धन गुरु ग्रंथ साहिब सच्चे पातशाह इदां लोक खूज सुट दित्ता किते कुछ खेड बन गई है मजाक बन गया गुरु ग्रंथ साहिब दा साडा सब दा फर्ज बनदा है। इहदे वास्ते तुसीं सारिया ने कमेटियां वालिया नूं बेनती लाइव टेलीकास्ट करांगा हरेक गुरुद्वारे तो चिट्ठी करो अकाल तख्त साहिब ते भी इह जिम्मेवारी जरूर होवे सारे आपां इहदे वास्ते जतनशील होईए।